ਲਵੇ ਤਾਂ ਅਕਲ ਲਵੇ ਤਾਂ ਦੇਈ ਜਾਂਦੇ ਜਿੰਨੀ ਲਵੇ ਜਿੰਨੀ ਮਰਜ਼ੀ ਲਵੇ ਅਕਲ ਗਿਆਰੇ ਦੇ ਰਹੀ ਹੈ ਰਵਾਣੀ ਜਿੰਨਾ ਕੋਈ ਲਵੇ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਤੋ ਸੁੰਦਰ ਸਰੂਪ ਹੈ ਰਾਜਾ ਤਾਂ ਰਾਜਾ ਸਮਝੇ ਨਹੀਂ ਆ ਰਹੀ ਹੈ ਕਿ ਰੂਪ ਹੋ ਕੇ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਜਿਹੜੇ ਰੂਪਵੰਤ ਨੇ ਬਹੁਤ ਜ਼ਿਆਦਾ ਰੂਪ ਵਾਲੇ ਉਹਨਾਂ ਦਾ ਵੀ ਗਾਹ ਤੋਂ ਰੂਪ ਰੂਪ ਹੋ ਕੋ ਰੂਪ ਹੈ ਹੋਰ ਰੂਪ ਦੇ ਰਹੇ ਹੋ ਬਹੁਤ ਸੁੰਦਰ ਬੁੱਧ ਵਾਲੇ ਨੇ ਉਹਨਾਂ ਦੀ ਬੁੱਧੀ ਨੂੰ ਹੋਰ ਕਰ ਰਹੇ ਹੋ ਚਲੇ ਆਪਣੇ ਆਪ ਬੁੱਧੀ ਨੂੰ ਸਮਝਦਾ ਮੇਰੇ ਵਰਗੀ ਅਕਲ ਹੈ ਨਹੀਂ ਕਿਸੇ ਦੀ ਉਹਨੂੰ ਵੀ ਸੁੰਦਰ ਬਣਾ ਰਿਹਾ ਹੋਰ ਉਹਨੂੰ ਵੀ ਕਰ ਰਿਹਾ ਕਵੀ ਉਹਦੀ ਵੀ ਦੂਰ ਕਰ ਰਹੇ ਕਮਤ ਕੋ ਪ੍ਰਹਾਰ ਹੈ ਪ੍ਰਹਾਰ ਕੀਤੇ ਕੁਮੰਤ ਤੇ ਕੁਮੁੰਤ ਤੇ ਪ੍ਰਹਾਰ ਕਰਦਾ ਕੁਮੰਤ ਜਿਹੜੀ ਪੁੱਠੀ ਮੱਤ ਹੈ ਉਹਦੇ ਤੇ ਫਿਰ ਉਹਦੇ ਤੇ ਸੱਟ ਮਾਰ ਕੇ ਵੀ ਠੀਕ ਕਰਦਾ ਜਿਵੇਂ ਤਲਵਾਰ ਤੇ ਸੱਟ ਮਾਰ ਕੇ ਵੀ ਤਾਂ ਸਿੱਧੀ ਕਰਦੇ ਨੇ ਜੇ ਕੋਈ ਬਿੰਦ ਬਲ ਪਿਆ ਹੋਵੇ ਉਹ ਸਿੱਧਾ ਵੀ ਤਾਂ ਕਰਨਾ ਪੈਂਦਾ ਕੁਮੰਤ ਕੋ ਪ੍ਰਹਾਰ ਕੁਮੁੰਤ ਕਰਨ ਤੇ ਲੋਕ ਹਟਾਓ ਕਹਿਣ ਪੁੱਠੀਆਂ ਮੱਤਾਂ ਨੇ ਜਿੰਨੀਆਂ ਨਾ ਮਨਮੱਤਾਂ ਇਹਨਾਂ 'ਤੇ ਪ੍ਰਹਾਰ ਕਰਦਾ ਕੁਮੰਤ ਮਨਮੱਤ ਨੂੰ ਕਹਿੰਦੇ ਨੇ ਜਿਹੜੀ ਡੋਬਣ ਵਾਲੀ ਮੱਤ ਹੈ ਮਾਇਆ ਵੱਲ ਨੂੰ ਜੋੜਦੀ ਹੈ ਨਾ ਰਿੱਧੀਆਂ ਸਿੱਧੀਆਂ ਵੱਲ ਨੂੰ ਲੈ ਕੇ ਜਾਂਦੀ ਹੈ ਕੰਮ ਚੰਗਾ ਹੋ ਜਾਵੇ ਸੰਸਾਰੀ ਪਦਾਰਥ ਮੰਗਦੀ ਹੈ ਮੱਤ ਉਹ ਕੁਮੱਤ ਹੈ ਉਹਦੇ 'ਤੇ ਪ੍ਰਹਾਰ ਕਰਦਾ ਪਰ ਅਸੀਂ ਉਹਨੂੰ ਗੁਰਮਤ ਬਣਾ ਲਏ ਅਸੀਂ ਕਹਿੰਦੇ ਹਾਂ ਵੀ ਗੁਰੂ ਘਰ 'ਚੋਂ ਇਹ ਚੀਜ਼ਾਂ ਮਿਲਦੀਆਂ ਨੇ ਅਸੀਂ ਮੰਨ ਲਿਆ ਮਿਲਦੀਆਂ ਨੇ ਗੁਰਬਾਣੀ ਕਹਿੰਦੇ ਉੱਥੇ ਪ੍ਰਹਾਰ ਹੈ ਗੁਰੂ ਗਲਤ ਕਹਿੰਦਾ ਅਸੀਂ ਗੁਰੂ ਛੱਡ ਗਏ ਅਸੀਂ ਗੁਰਮਤੀ ਛੱਡੀ ਬੈਠੇ ਹਾਂ ਸਾਧਾਂ ਨੇ ਛਡਾਤੀ ਸੀ ਨਾ ਜਿਹੜੇ ਸਾਧ ਰਹੇ ਗੁਰਦੁਆਰੇ 100 ਸਾਲ ਜੋ ਉਹ ਕਰ ਰਹੇ ਤੇ ਉਹੀ ਹੋ ਰਿਹਾ ਹੁਣ ਗੋਲਕ ਗੋਲਕ 'ਤੇ ਕਬਜ਼ਾ ਕੀਤਾ ਸੀ ਪ੍ਰਚਾਰ ਹੋਈ ਹੈ ਜਿਹੜਾ ਉਹ ਕਰਦੇ ਸੀ ਪ੍ਰਚਾਰ ਉਹਨਾਂ ਨੇ ਬਦਲਤਾ ਸੀ ਤਾਂ ਸਾਧਾਂ ਨੇ ਹਿੰਦੂਆਂ ਨੇ ਕਰਤਾ ਸੀ ਪ੍ਰਚਾਰ ਤਾਂ ਉਹਨਾਂ ਵਾਲਾ ਹੀ ਚੱਲਦਾ ਹੈ ਅਰਦਾਸਾਂ ਉਹਨਾਂ ਵਾਲੀਆਂ ਹੀ ਚੱਲਦੀਆਂ ਨੇ ਸਿਰ ਗੋਲਕ ਗੋਲਕ 'ਤੇ ਕਬਜ਼ਾ ਇਹਨਾਂ ਦਾ ਹੋ ਗਿਆ ਪ੍ਰਚਾਰ ਦੇ ਨਾਲ ਇਹਨਾਂ ਨੇ ਲੈਣਾ ਵੀ ਕੀ ਸੀ ਗੋਲਕ ਦਾ ਹੀ ਰੌਲਾ ਸੀ ਗੋਲਕ ਇਹਨਾਂ ਕੋ ਆ ਗਈ ਉਹ ਪੈਸੇ ਨਾਲ ਸਿਆਸੀ ਉੱਥੋਂ ਵਜ਼ੀਰੀਆਂ ਮਨਿਸਟਰੀਆਂ ਬਸ ਰਾਹ ਇਹ ਸੀਗਾ ਉਹਨਾਂ ਦਾ ਉਹਨਾਂ ਦਾ ਜਿਹੜੇ ਲੋਕਾਂ ਨੇ ਗੁਰਦੁਆਰੇ ਖੋਏ ਤੇ ਉਹਨਾਂ ਦਾ ਮਤਲਬ ਧਰਮ ਪ੍ਰਚਾਰ ਨਹੀਂ ਸੀ ਨਾ ਧਾਰਮਿਕ ਲੋਕ ਹੀ ਨਹੀਂ ਸੀ ਉਹ ਤਾਂ ਸਿਆਸੀ ਆਦਮੀ ਦੇ ਧਾਰਮਿਕ ਲੋਕ ਕਾਹਨੂੰ ਸੀ ਜਿਹੜੇ ਧਾਰਮਿਕ ਲੋਕ ਸੀ ਉਹ ਤਾਂ ਅੱਡ ਬੈਠੇ ਸੀ ਪਰਲੇ ਪਾਸੇ ਉਹਨਾਂ ਨੇ ਤਾਂ ਉਹ ਕਹਿੰਦੇ ਅਸੀਂ ਤਾਂ ਮਾਇਆ ਲੈਣੀ ਉਹ ਨਹੀਂ ਉਹ ਤਾਂ ਇਹਨੂੰ ਸੰਖਿਆ ਮੰਨਦੇ ਤੇ ਜਿਹੜੇ ਧਾਰਮਿਕ ਤੇ ਉਹਨਾਂ ਨੇ ਤਾਂ ਉਹਨਾਂ ਨੂੰ ਚਾਬੀ ਉਹਨਾਂ ਨੂੰ ਸੰਭਾਲੇ ਤੇ ਗੁਰਦੁਆਰੇ ਅਕਾਲੀ ਫੂਲਾ ਸੀ ਉਹਨਾਂ ਨੇ ਇਹ ਮਾਇਆ ਇਹਨਾਂ ਨੂੰ ਦੇ ਦਿਓ ਉਦਾਸੀਆਂ ਨੂੰ ਸਾਧਾਂ ਨੂੰ ਸੇਵਾ ਸੰਭਾਲ ਇਹਨਾਂ ਦੀ ਹਾਂ ਸੇਵਾ ਸੰਭਾਲ ਇਹਨਾਂ ਨੂੰ ਦੇ ਦਿਓ ਇਹਨਾਂ ਨੇ ਕਿਹਾ ਵੀ ਇਹ ਪੈਸੇ ਖਾਂਦੇ ਵੀ ਅਸੀਂ ਲੈ ਲਈਏ ਕਹਿੰਦੇ ਤੁਸੀਂ ਲੈ ਲਓ ਪਹਿਲਾਂ ਹਟਾਇਆ ਵੀ ਰਹਿਣ ਦਿਓ ਤੁਸੀਂ ਜਦ ਨਾ ਹਟੇ ਤਾਂ ਫਿਰ ਸਿੰਘ ਕਹਿਣ ਲੱਗ ਗਿਆ ਇਹਨੂੰ ਬੜੇ ਖੁਸ਼ ਹੋਏ ਇਹ ਗੁਰਦੁਆਰੇ ਲੈ ਕੇ ਬੜੇ ਸਿੰਘ ਸੀ ਨਾ ਦੂਏ ਉਹ ਕਹਿੰਦੇ ਮਾਇਆ ਨਾਗਣੀ ਡੰਗ ਚਲਾਵੇਗੀ ਦੁੱਖ ਖਾਲਸਾ ਸੀਸ 'ਤੇ ਠਾਵੇਗੀ ਇਹ ਸਵਈਆ ਜੋੜੇ ਨੇ ਉਹਨਾਂ ਦੇ ਇਹ ਗਾਉਂਦੇ ਹੁੰਦੇ ਸੀ ਇਹਨਾਂ ਨੂੰ ਕਹਿੰਦੇ ਹੁੰਦੇ ਤੇ ਮਾਇਆ ਨਾਗਣੀ ਡੰਗ ਚਲਾਵੇਗੀ ਤੁਹਾਡੇ